ਸੱਤਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਬੜੀ ਹੀ ਸ਼ਰਧਾ ਪੂਰਵਕ ਸ਼੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਗੱਲਬਾਤ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੁੱਲਾ ਸਿੰਘ ਜੀ। ਉਹਨਾਂ ਤੋਂ ਇਤਿਹਾਸ ਦੀ ਜਾਣਕਾਰੀ ਪੁੱਛਦੇ ਹਾਂ। ਸੱਤਵੇਂ ਪਾਤਸ਼ਾਹੀ ਦਾ ਅੱਜ ਪ੍ਰਕਾਸ਼ ਪੁਰਬ ਬੜੀ ਸ਼ਰਧਾ ਪੂਰਵਕ ਨਾਲ ਮਨਾਇਆ ਜਾ ਰਿਹਾ ਹੈ, ਇਤਿਹਾਸ ਕੀ ਹੈ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਜੋ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਕਿਤੇ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਬਿਰਾਜਮਾਨ ਨੇ, ਉਹਨਾਂ ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਅੱਜ ਦੇ ਦਿਨ ਪਿਤਾ ਬਾਬਾ ਗੁਰਦਿੱਤਾ ਜੀ, ਮਾਤਾ ਨਿਹਾਲ ਕੌਰ ਜੀ ਦੇ ਘਰ 16 ਜਨਵਰੀ 1630 ਨੂੰ ਉਹਨਾਂ ਦਾ ਪਾਵਨ ਪ੍ਰਕਾਸ਼ ਹੋਇਆ। ਸੰਸਾਰਕ ਜ਼ਿੰਮੇਵਾਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਸੰਭਾਲੀ। ਉਸ ਤੋਂ ਬਾਅਦ ਪਿਤਾਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪੜ੍ਹਾਈ ਲਿਖਾਈ, ਉਹਨਾਂ ਦੀ ਪਰਵਰਿਸ਼, ਘੋੜ ਸਵਾਰੀ, ਸ਼ਸਤਰ ਵਿੱਦਿਆ ਇਤਿਹਾਦਿਕ ਸਾਰੀ ਦੇਖਭਾਲ, ਸਾਰੀ ਪਰਵਰਿਸ਼ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਨਿਗਰਾਨੀ ਵਿੱਚ ਕਰਵਾਈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਜਦੋਂ ਆਪਣੇ ਪਿਤਾਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਬਾਗ ਦੇ ਵਿੱਚ ਟਹਿਲ ਰਹੇ ਸਨ, ਤਾਂ ਉਸ ਸਮੇਂ ਇੱਕ ਟਾਹਣੀ ਦੇ ਨਾਲੋਂ ਚੋਲੇ ਦੇ ਕਲੀ ਦੇ ਨਾਲ ਫੁੱਲ ਅੜਕਿਆ ਅਤੇ ਟਾਹਣੀ ਨਾਲੋਂ ਟੁੱਟਿਆ। ਉੱਥੇ ਹੀ ਉਸ ਫੁੱਲ ਦੇ ਕੋਲ ਬੈਠ ਗਏ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਪਿੱਛੇ ਮੁੜ ਕਰਕੇ ਤੱਕਿਆ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਉੱਥੇ ਫੁੱਲ ਦੇ ਕੋਲ ਬੈਠੇ ਨੇ। ਸਤਿਗੁਰਾਂ ਨੇ ਪੁੱਛਿਆ, ਕੀ ਕਾਰਨ ਤੁਸੀਂ ਇੱਥੇ ਕਿਉਂ ਬੈਠ ਗਏ ਹੋ? ਕਿਹਾ, ਪਿਤਾਮਾ ਗੁਰੂ, ਅਟਾਣੀ ਦੇ ਨਾਲੋਂ ਫੁੱਲ ਟੁੱਟ ਗਿਆ। ਸਤਿਗੁਰਾਂ ਨੇ ਪੁੱਛਿਆ, ਪੁੱਛਣ ਦਾ ਇਹਦਾ ਟੁੱਟਣ ਦਾ ਕੀ ਕਾਰਨ ਹੈ? ਬੇਨਤੀ ਕੀਤੀ, ਸਤਿਗੁਰੂ ਜੀ ਇਹ ਚੋਲੇ ਦੇ ਨਾਲ, ਇਹ ਜਾਮੇ ਦੇ ਨਾਲ ਅੜ ਕਰਕੇ ਧਰਤੀ ਦੇ ਉੱਪਰ ਡਿੱਗ ਪਿਆ, ਟੁੱਟ ਗਿਆ। ਸਤਿਗੁਰਾਂ ਨੇ ਬਚਨ ਕੀਤੇ ਸਹਿਜ ਸੁਭਾਅ ਹੀ ਕਿ ਜੇਕਰ ਇੰਨੇ ਲੰਮੇ ਚੋਲੇ ਪਾਉਣੇ ਹੋਣ ਤਾਂ ਉਹਨਾਂ ਨੂੰ ਸੰਕੋਚ ਕਰਕੇ ਚੱਲੋ। ਉਹਦਾ ਭਾਵ ਇਹ ਸੀ ਕਿ ਜੋ ਜੀਵਨ ਦੇ ਅੰਦਰ ਸ਼ਕਤੀ ਆ ਜਾਵੇ, ਜੀਵਨ ਵਿੱਚ ਤਾਕਤ ਮਿਲ ਜਾਵੇ, ਔਰ ਉਸ ਤਾਕਤ ਦਾ ਕੋਈ ਗਲਤ ਇਸਤੇਮਾਲ ਨਹੀਂ ਕਰਨਾ, ਉਹਨੂੰ ਸੰਕੋਚ ਕਰਕੇ ਚੱਲਣਾ, ਤਾਂ ਜ਼ਿੰਦਗੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ, ਪਿਤਾਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਆਪਣੇ ਪੱਲੇ ਬੰਨ੍ਹ ਕਰਕੇ ਚੱਲਦੇ ਰਹੇ, ਔਰ ਸਾਰੀ ਜ਼ਿੰਦਗੀ ਆਪਣੇ ਜਾਮੇ ਨੂੰ ਸੰਕੋਚ ਕਰਕੇ ਉਹਨਾਂ ਨੇ ਕਦਮ ਪੁੱਟੇ ਨੇ, ਸਾਰੀ ਜ਼ਿੰਦਗੀ ਜਾਮੇ ਨੂੰ ਸੰਕੋਚ ਕਰਕੇ ਚੱਲੇ ਨੇ। ਉਹ ਸਮਰੱਥ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਇੱਕ ਵਿਸ਼ਾਲ ਦਵਾਖਾਨਾ ਖੋਲ੍ਹਿਆ, ਜਿੱਥੇ ਦਾਰਾ ਸਿੱਕੋ ਨੂੰ ਔਰ ਬਹੁਤ ਸਾਰੇ ਦਵਾਖਾਨਿਆਂ ਦੇ ਵਿੱਚ ਜਾ ਕਰਕੇ ਦਵਾਈ ਦਾ ਇਸਤੇਮਾਲ, ਜੋ ਇੱਕ ਹਕੀਮ ਨੇ, ਵੈਦ ਨੇ ਇਹ ਕਹਿ ਦਿੱਤਾ ਸੀ ਕਿ ਇਸ ਖਾਸ ਕਿਸਮ ਦੀ ਹਰੜ, ਲੌਂਗ ਅਤੇ ਗਜ ਮੋਤੀ ਚਾਹੀਦੇ ਨੇ, ਬੜੇ ਹੀ ਦਵਾਖਾਨਿਆਂ ਦੇ ਵਿੱਚ ਗਏ, ਕਿਤੋਂ ਵੀ ਪ੍ਰਾਪਤ ਨਾ ਹੋਈ, ਅਤੇ ਅਖੀਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪਾਵਨ ਦਵਾਖਾਨੇ ਦੇ ਵਿੱਚੋਂ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਉਹ ਚੀਜ਼ਾਂ ਪ੍ਰਾਪਤ ਹੋਈਆਂ। ਦਾਰਾ ਸਿੱਕੋ ਨੂੰ ਜੋ ਸ਼ੇਰ ਦੀ ਮੁੱਛ ਦਾ ਵਾਲ ਖਵਾਇਆ ਗਿਆ, ਉਹਦੇ ਨਾਲ ਉਹ ਤੰਦਰੁਸਤ ਹੋਇਆ, ਔਰ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਹਿਰਦੇ ਦੇ ਅੰਦਰ ਬੜੀ ਨਿਮਰਤਾ, ਬੜੀ ਦਇਆ ਸੀ। ਜਦੋਂ ਕਿਤੇ ਕੋਈ ਜੰਗਲੀ ਜਾਨਵਰ ਵੀ ਜ਼ਖਮੀ ਹੋ ਜਾਂਦੇ ਸਨ, ਉਹਨਾਂ ਨੂੰ ਆਪਣੇ ਅਸਥਾਨ 'ਤੇ ਲਿਆ ਕਰਕੇ ਉਹਦੀ ਮੱਲਮ ਪੱਟੀ ਵੀ ਕਰਦੇ ਰਹੇ। ਉਹ ਸਮਰੱਥ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਅੱਜ ਪਾਵਨ ਪ੍ਰਕਾਸ਼ ਗੁਰਪੁਰਬ, ਜਿੱਥੇ ਵੀ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਬੈਠੀਆਂ ਨੇ, ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ, ਔਰ ਸਮੁੱਚੀਆਂ ਸਿੱਖ ਸੰਗਤਾਂ ਨੂੰ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੱਤਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਕੋਟ ਸਾਹਿਬ, ਗੁਰਦੁਆਰਾ ਜੋ ਹਰਿਮੰਦਰ ਸਾਹਿਬ ਹੈ, ਇਸ ਪਾਵਨ ਅਸਥਾਨ 'ਤੇ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ਼ੁਭ ਕਰਮਨ ਸਪੋਰਟਸ ਕਲੱਬ ਵੱਲੋਂ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਬਹੁਤ ਸਾਰੀਆਂ ਸੰਗਤਾਂ ਆਪਣਾ ਖੂਨਦਾਨ ਕਰਨ ਵਾਸਤੇ ਪਹੁੰਚੀਆਂ ਹੋਈਆਂ ਨੇ ਔਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਦੀਵਾਨ ਵੀ ਸਜੇ ਹੋਏ ਨੇ। ਪਰਸੋਂ ਤੋਂ ਜੋ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ, ਸੰਪੂਰਨਤਾ ਹੋਈ ਹੈ ਔਰ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ, ਗੁਰਬਾਣੀ ਦੇ ਕੀਰਤਨ ਚੱਲ ਰਹੇ ਨੇ ਔਰ ਅੱਜ ਸ਼ਾਮ ਨੂੰ ਵੀ ਇਸ ਪਾਵਨ ਅਸਥਾਨ 'ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾਣਾ ਹੈ। ਇਸ ਵਿੱਚ ਪੰਥ ਦੇ ਮਹਾਨ ਕੀਰਤਨੀਆਂ ਸਿੰਘਾਂ ਨੇ ਆ ਕੇ ਕੀਰਤਨ ਰਾਹੀਂ ਕਥਾਵਾਚਕ ਸਾਹਿਬਾਨਾਂ ਨੇ ਆ ਕੇ ਗੁਰਮਤਿ ਵਿਚਾਰਾਂ ਸਰਵਣ ਕਰਵਾ ਕੇ ਸੰਗਤਾਂ ਨੂੰ ਗੁਰੂ ਜਾਂ ਸਰਵਣ ਕਰਵਾ ਕੇ ਨਿਹਾਲ ਕਰਨਾ ਹੈ। ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।